वाहिगुरु साहिब जी, सतनाम श्री वाहिगुरु जी। क्या हूँ तेरे सार सुमानी, मोहे निर्गुण के ताता रे, बै खरीद क्या करे चतुराई, एहो जियो पिंड सब थारे। लाल रंगीले प्रीतम मन मोहन, तेरे दर्शन को हम बारे। रहाओ प्रभ दाता मोहे दीन भिखारी, तुम सदा सदा उपकारे, सो किछ नाहीं जे मैं ते होवे, मेरे ठाकुर अगम अपारे। क्या सेव कमाऊं क्या कह रिझाऊं, विद कित पाऊं दर सारे। मित नहीं पाइए अंत न लहिए, मन तरसै चरनारे। पावो दान ढीठ होए मांगू, मुख लागे संत रे नारे। जन नानक को गुर कृपा तारी, प्रभु हाथ दे निस्तारे। वाहिगुरु साहिब जीओ, दर्शन को लोचे सब कोई, पूरे भाग प्राप्त होई। श्याम सुंदर तज नींद क्यों आई, महामोहनी दूतां लाई। प्रेम बिछोहा करत कसाई, निर्दय जंत तिस दया न पाई। अनक जन्म बीतियन भरमाई, घर वासना देवै दुत्तर माई। दिन रैन अपना किया पाई, किस दोष न दीजै किरत पवाई। सुन साजन संत जन भाई, चरण शरण नानक गत पाई। वाहिगुरु साहिब जीओ, सतनाम श्री वाहिगुरु जी, सतनाम श्री वाहिगुरु जी। दारद देख सबको हसै, ऐसी दशा हमारी, अष्ट दशा सिद्ध कर तलै, सब कृपा तुम्हारी। तू जानत मैं किछ नहीं, भव खंडन राम। सगल जी शरणागति, प्रभु पूर्ण काम। जो तेरी शरणागता तिन नाहीं पार, ऊच नीच तुम ते तरे आलज संसार। कह रविदास अकथ कथा, वो काय करीजै, जैसा तू तैसा तुही, क्या उपमा दीजै। कह रविदास अकथ कथा, वो काय करीजै, जैसा तू तैसा तुही, क्या उपमा दीजै। उपमा जात ना कही मेरे प्रभ की, उपमा जात ना कही, तज आन शरण गही। क्या उपमा तेरी आखी जाए, तू सर्वे पूर रिहाली बुलाए। वाहिगुरु साहिब जी, सुकहु टल गुर सेवियै, एनिस सहज सुपाए। दर्शन परसे गुरु के, जन्म मरण दुख जाए। सूही महला पहला, भांडा अच्छा सोए जो तिस भावसी। भांडा अत मलीन, धोता अच्छा ना होए सी।
ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚਲਿਆ ਪਤ ਸਿਉਂ ਜਨਮ ਸਵਾਰ ਬਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇਸ ਪਾਵਨ ਉਪਦੇਸ਼ ਦੇ ਅੰਦਰ ਅੰਕ ਨੰਬਰ 730 ਉੱਤੇ 730 'ਤੇ ਸੂਹੀ ਰਾਗ ਦੇ ਵਿੱਚ ਇਹ ਫੁਰਮਾਨ ਕਰਦੇ ਨੇ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਇਹ ਸਾਡਾ ਸਰੀਰ ਰੂਪੀ ਭਾਂਡਾ ਗੁਰੂ ਸਾਹਿਬ ਕਹਿੰਦੇ ਨੇ ਉਹੀ ਚੰਗਾ, ਉਹੀ ਅੱਛਾ ਹੈ ਜਿਹੜਾ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਜਿਹੜਾ ਉਸ ਪਰਮੇਸ਼ੁਰ ਨੂੰ ਚੰਗਾ ਲੱਗਦਾ ਹੈ। ਭਾਂਡਾ ਅਤਮਲੀਨ ਧੋਤਾ ਅੱਛਾ ਨਾ ਹੋਏ ਸੀ। ਜੇ ਇਹ ਸਰੀਰ ਰੂਪੀ ਭਾਂਡਾ ਵਿਕਾਰਾਂ ਦੇ ਵਿੱਚ ਮੈਲਾ ਹੋ ਗਿਆ ਹੋਵੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਨੂੰ ਕੇਵਲ ਬਾਹਰੀ ਇਸ਼ਨਾਨ ਕਰਾਉਣ ਨਾਲ, ਤੀਰਥ ਆਦਿਕਾਂ ਦੇ ਇਸ਼ਨਾਨ ਕਰਾਉਣ ਨਾਲ ਇਹ ਪਵਿੱਤਰ ਨਹੀਂ ਹੋ ਸਕਦਾ। ਸਰੀਰਕ ਇਸ਼ਨਾਨ ਨਾਲ ਪਵਿੱਤਰ ਨਹੀਂ ਹੋਏਗਾ। ਸਰੀਰਕ ਬੋਡੀ ਦੇ ਸਾਫ਼ ਕਰਨ ਨਾਲ ਸਾਡੇ ਤਨ ਦੀ ਮੈਲ ਤਾਂ ਜਾ ਸਕਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜਾ ਸਰੀਰ ਰੂਪੀ ਭਾਂਡਾ ਵਿਕਾਰਾਂ ਵਿੱਚ ਮੈਲਾ ਹੋ ਗਿਆ ਹੈ, ਇਹਦੇ ਮਨ ਦੀ ਮੈਲ ਬਾਹਰੋਂ ਸਾਫ਼ ਕਰਨ ਨਾਲ ਨਹੀਂ ਉਤਰਨੀ। ਅਤੇ ਇਹ ਮਨ ਦੀ ਮੈਲ ਕਿਵੇਂ ਉਤਰੇਗੀ? ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਜਦੋਂ ਗੁਰੂ ਦੇ ਦੁਆਰ ਤੂੰ ਦੁਆਰ 'ਤੇ ਆ ਕੇ ਹੈ ਜੀਵ, ਜਦੋਂ ਤੂੰ ਗੁਰੂ ਤੋਂ ਗਿਆਨ ਪ੍ਰਾਪਤ ਕਰੇਗਾ ਅਤੇ ਉਸ ਗਿਆਨ ਗੁਰੂ ਦੇ ਦਿੱਤੇ ਗਿਆਨ ਦੁਆਰਾ ਜਦੋਂ ਤੂੰ ਉਸ ਗੁਰੂ ਦੇ ਦਿੱਤੇ ਗਿਆਨ ਦੁਆਰਾ ਆਪਣੇ ਜੀਵਨ ਨੂੰ ਅੱਛੀ ਤਰ੍ਹਾਂ ਬਤੀਤ ਕਰੇਗਾ, ਵਿਕਾਰਾਂ ਦੀ ਮੈਲ ਤੋਂ ਉੱਤੇ ਉੱਠੇਗਾ, ਫਿਰ ਕੀ ਹੋਏਗਾ? ਏਤ ਦੁਆਰੇ ਧੋਏ, ਫਿਰ ਇਸ ਦੁਆਰ 'ਤੇ ਆ ਕੇ ਜਦੋਂ ਤੂੰ ਇਸ ਸਰੀਰ ਰੂਪੀ ਮਨ ਰੂਪੀ ਭਾਂਡੇ ਨੂੰ ਧੋਏਗਾ, ਅੱਛਾ ਹੋਏ ਸੀ, ਫਿਰ ਇਹ ਤੇਰੇ ਵਿਕਾਰਾਂ ਦੀ ਮੈਲ ਜਿਹੜੀ ਹੈ ਇਹ ਉਤਰ ਜਾਏਗੀ ਅਤੇ ਤੇਰਾ ਹਿਰਦਾ ਰੂਪੀ ਸਰੀਰ ਰੂਪੀ ਭਾਂਡਾ, ਮਨ ਰੂਪੀ ਭਾਂਡਾ ਇਹ ਅੱਛਾ ਹੋ ਜਾਏਗਾ, ਪਵਿੱਤਰ ਜੀਵਨ ਵਾਲਾ ਹੋ ਜਾਏਗਾ। ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਕਰਨ, ਇਹ ਪਾਵਨ ਉਪਦੇਸ਼ ਗੁਰੂ ਪਾਤਸ਼ਾਹ ਜੀ ਦਾ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਅਸੀਂ ਸਤਿਗੁਰੂ ਦੇ ਉਪਦੇਸ਼ 'ਤੇ ਚੱਲ ਕੇ ਸਤਿਗੁਰੂ ਦੀਆਂ ਰਹਿਮਤਾਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ।